पुरानी रंजिश नूं लैके सरहदी हलका डेरा बाबा नानक दे सरहद नेड़े पिंड धर्मकोट दे संधू धर्मकंडा ते कुछ नौजवानों वालों ताबड़तोड़ गोलियां चलाने का मामला सामने आया है, जिसकी जानकारी दिंदिया पुलिस अधिकारी जगतार सिंह वालों दस्या गया कि गोलियां चलाने का जो मामला सामने आया है उस संबंध में कोई जानी नुकसान नहीं होया, पर मामला दर्ज कर दोषियों खिलाफ बनती कार्रवाई की जा रही है। सर बहुत माड़ी घटना वापरी है, अं अपने डेरा रोड रमदास एरिया उत्थे धर्मकोट रंधावा रोड साडा कंडा वा उत्थे अं उत्थे बैठे हैं अपने उधरों पांच सत्त गड्डियां ते 15 तो 20 जने मुंडे आए, उन्होंने साडे ते बहुत ज़्यादा गोलियां चलाइया 20 तो 30 फायर किए, सानू पता है अं भज के अपनी जान बचाई आ, वेखो साडे सट्टां लगियां भी सट्ट लगी जी वह भी छिली गई, बहुत माड़ा हाल होया साडा उत्थे, अं भज भज अपनी जान बचाई जे अं ना तो भजदे तो साडी डैथ होई नहीं, साडे लागों की उत्थे पानी च गोलियां वजदियां अं वेखियां लागे झोने च। ਇਹ ਜੀ ਸ਼ਾਮ ਵੇਲੇ ਸਾਨੂੰ ਮਿਲੇ ਸੀ, ਇੱਥੇ ਪਤਾ ਲੱਗਿਆ ਸਾਨੂੰ ਦੋਨਾਂ ਧਿਰਾਂ ਦੇ ਵਿੱਚ ਤਕਰਾਰ ਹੋਇਆ ਆਪਸੀ, ਇਹਨਾਂ ਦਾ ਲੋਕਲ ਬੰਦੇ ਨੇ ਇੱਥੇ ਪਿੰਡਾਂ ਦੇ, ਦੋ ਦਿਨ ਪਹਿਲਾਂ ਇਹਨਾਂ ਦਾ ਕੋਈ ਫੈਸਲਾ ਸੀ, 70-76 ਮਨਿੰਦਰ ਵਿੱਕੀ ਆ ਉਹਦੇ ਘਰ ਦਾ ਕੋਈ ਫੈਸਲਾ ਸੀਗਾ, ਇਹਦਾ ਸਾਲਾ ਕੋਮਰਪ੍ਰੀਤ ਹੈ ਸਹਿਜਾਦੇ ਪਿੰਡ ਤੋਂ, ਸਠਿਆਲੀ ਪਿੰਡ ਤੋਂ ਸੋਰੀ, ਉਹ ਇਹ ਕਰਵਾਉਣ ਵਾਸਤੇ ਆਇਆ ਸੀ, ਨਾਲ ਇਹਦੇ ਕੋਈ ਬੰਦੇ ਆਏ ਸੀਗੇ, ਇਹ ਜਿਹੜੇ ਮਦਈ ਢੇਰ ਵਾਲੇ ਬੰਦੇ ਇਹ ਵੀ ਉੱਥੇ ਫੈਸਲੇ ਵਿੱਚ ਸੀਗੇ, ਇਹਨਾਂ ਦੀ ਕੋਈ ਨੋਕ ਝੋਕ ਹੋਈ ਸੀ ਉਸ ਦਿਨ, ਜਿਸ ਦੌਰਾਨ ਉਸ ਦਿਨ ਤੇ ਵਾਪਸ ਆ ਗਏ ਫੈਸਲਾ ਕਰਕੇ, ਬਾਅਦ 'ਚ ਇਹਨਾਂ ਦੀ ਕੋਈ ਤੂੰ ਤੂੰ ਮੈਂ ਚੱਲਦੀ ਰਹੀ ਫੋਨਾਂ 'ਤੇ, ਅੱਜ ਜਿਹੜੇ ਇੱਥੇ ਇੱਕ ਦੂਜੇ ਦੇ ਨਾਲ ਇਹਨਾਂ ਦੀ ਜਿਹੜੀ ਤਕਰਾਰ ਹੋਈ ਹੈ ਉਹਨਾਂ ਵੱਲੋਂ ਇਹਨਾਂ ਦੇ ਫਾਇਰ ਵੀ ਕੀਤੇ ਗਏ ਆ, ਜਿਹੜੇ ਕਿਸੇ ਦੇ ਲੱਗੇ ਨਹੀਂ ਆ, ਜਿਹੜੇ ਮੌਕੇ ਤੋਂ ਖੋਲ ਮਿਲੇ ਇਹਨਾਂ ਦੇ ਜਿਹੜੇ ਫਾਇਰਾਂ ਦੇ। ਇਹ ਧਿਰ ਹੈਗੀ ਆ ਇੰਦਰਜੀਤ ਸਿੰਘ ਸਾਬਕਾ ਸਰਪੰਚ ਨੇ ਸਹਿਜਾਦੇ ਪਿੰਡ ਦੇ, ਨਾਲ ਜੋਬਨਪ੍ਰੀਤ ਮੁੰਡਾ ਗੁਰਚੱਕ ਦਾ ਆ, ਅਤੇ ਚਲਾਉਣ ਵਾਲੇ ਠੇਠਰ ਕੇ ਪਿੰਡ ਦੇ ਮੁੰਡੇ ਨੇ, ਕੁਛ ਕੋਮਲਪ੍ਰੀਤ ਹੈਗਾ ਸਠਿਆਲੇ ਪਿੰਡ ਦਾ, ਇਹਨਾਂ ਦੇ ਨਾਲ ਕੁਛ 4-5 ਮੁੰਡੇ ਇੱਧਰੋਂ ਹੋਰ ਰਲੇ ਆ 77 ਦੇ, ਸੋਰੀ 77 ਦਾ ਵੀ ਸ਼ਾਇਦ ਹੈਗਾ ਧਰਮਕੋਟ ਪੱਤਨ ਦੇ,